ਕੈਨੇਡਾ ਦੇ ਵਿੱਚ ਬਹੁਤ ਸਾਰੇ ਬੱਚੇ ਡਰੇ ਹੋਏ ਨੇ ਕਿ ਵਰਕ ਪਰਮਿਟ PHWP ਨਹੀਂ ਮਿਲਦਾ ਜਾਂ ਸਪਾਊਸ ਨਹੀਂ ਜਾ ਰਿਹਾ, ਤਾਂ ਸਾਡੇ ਕੋਲ ਕਾਫੀ ਆਪਸ਼ਨਸ ਹੈਗੀਆਂ ਨੇ। ਜਿਵੇਂ ਜਿਹੜੇ ਬੱਚੇ ਨੇ ਸਪਾਊਸ ਦੇ ਨਾਲ ਪਲੱਸ ਟੂ ਤੋਂ ਬਾਅਦ ਵੀ ਜਾਣਾ ਤਾਂ ਬੈਚਲਰ 'ਚ ਐਡਮਿਸ਼ਨ ਲੈ ਸਕਦਾ, ਫੀਸਾਂ ਬਹੁਤ ਘੱਟ ਹੈਗੀਆਂ ਯੂਨੀਵਰਸਿਟੀ ਦੀਆਂ। ਬਹੁਤ ਸਾਰੇ ਬੱਚੇ ਕਹਿੰਦੇ ਕਿ GIC ਵੱਧ ਗਿਆ, GIC ਵਧਣ ਦੇ ਨਾਲ ਸਾਡੇ ਕੋਲ ਆਪਸ਼ਨਸ ਹੋਰ ਵੀ ਬਹੁਤ ਆ ਗਈਆਂ ਕਿ ਜਿਹੜੀਆਂ ਤੁਸੀਂ ਚੂਜ਼ ਕਰਨਾ ਹੈ, ਕਾਲਜ ਜਾਂ ਯੂਨੀਵਰਸਿਟੀ ਚੂਜ਼ ਕਰਨਾ, ਪਬਲਿਕ ਯੂਨੀਵਰਸਿਟੀ ਚੂਜ਼ ਕਰਕੇ ਤੁਸੀਂ ਆਪਣਾ ਘੱਟ ਫੀਸਾਂ ਵਾਲੇ ਸਾਡੇ ਕੋਲ ਯੂਨੀਵਰਸਿਟੀਜ਼ ਹੈਗੀਆਂ ਜਿਨ੍ਹਾਂ ਦੀ ਫੀਸ 8700 ਤੋਂ ਲੈ ਕੇ $11,000 ਮਾਸਟਰ ਡਿਗਰੀ ਦੀ ਸਾਡੇ ਕੋਲ ਫੀਸ ਹੈਗੀ ਹੈ। ਤਾਂ ਆਪਣੇ ਸਪਾਊਸ ਨੂੰ ਤੁਸੀਂ ਪਲੱਸ ਟੂ ਤੋਂ ਬਾਅਦ ਵੀ ਨਾਲ ਲਿਜਾ ਸਕਦੇ ਹੋ, ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਵੀ ਨਾਲ ਲਿਜਾ ਸਕਦੇ ਹੋ। ਆਪਣੇ ਅਕਾਊਂਟ ਤੋਂ ਹੀ ਡਾਇਰੈਕਟ ਬੈਂਕ ਦੇ ਥਰੂ GIC ਭਰੋ, ਔਰ ਅਗਰ ਤੁਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਵੀ ਦਿੰਦੇ ਹੋ, ਸਾਡੀ ਕੰਪਨੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੀ ਲੈਂਦੀ ਹੈ ਵੈਸੇ, ਤਾਂ ਤੁਸੀਂ ਮਤਲਬ 1 ਰੁਪਈਆ ਸਿੰਗਲ ਪੈਨੀ ਕਿਸੇ ਨੂੰ ਐਡਵਾਂਸ ਨਾ ਦਿਓ। ਕੈਨੇਡਾ ਦੇ ਵਿੱਚ ਜਾਣਾ ਤਾਂ ਹੁੰਦਾ ਹੈ ਪਰ ਖ਼ਬਰਾਂ ਜਿਵੇਂ ਆਉਂਦੀਆਂ ਨੇ ਕਿ ਹਾਂ ਬਈ ਉੱਥੇ ਕੰਮ ਕਾਜ ਨਹੀਂ ਹੁੰਦਾ। ਮੈਂ 100% ਮੈਂ ਗਰੰਟੀ ਲੈਂਦਾ, ਅਗਰ ਤੁਸੀਂ ਉੱਥੇ ਇੱਥੇ ਇੰਡੀਆ ਦੇ ਵਿੱਚ ਕੋਈ ਪਲੰਬਰ ਦਾ ਕੋਰਸ 2 ਮਹੀਨਿਆਂ ਦੀ ਟ੍ਰੇਨਿੰਗ ਲੈ ਲਓ, ਕੋਈ AC ਮਕੈਨਿਕ ਦੀ ਲੈ ਲਓ, ਕੋਈ ਕਿੰਨੇ ਟ੍ਰੇਡ ਨੇ ਆਪਣੇ ਕੋਲ, ਤਾਂ ਕੁਛ ਮਾੜਾ ਮੋਟਾ ਤੁਹਾਨੂੰ ਕੁਛ ਆਉਂਦਾ ਤਾਂ ਅਸੀਂ 100% ਤੁਹਾਨੂੰ ਜੋਬ ਵੀ ਸਟੂਡੈਂਟ ਦੇ ਨੂੰ ਲਵਾ ਕੇ ਦੇਵਾਂਗੇ। ਅਤੇ ਜਿਹੜੇ ਬੱਚੇ ਨੇ 24 ਦੇ ਵਿੱਚ ਪਲੱਸ ਟੂ ਕੀਤੀ ਹੈਗੀ ਹੈ, ਚਾਹੇ ਉਹ ਆਰਟਸ ਦੇ ਵਿੱਚ ਕੀਤੀ ਹੈ, ਚਾਹੇ ਉਹ ਕਮਰਸ ਦੇ ਵਿੱਚ ਕੀਤੀ ਹੈ, ਚਾਹੇ ਉਹਨਾਂ ਨੇ ਮੈਡੀਕਲ ਜਾਂ ਨੋਨ ਮੈਡੀਕਲ 'ਚ ਕੀਤੀ ਹੈ, ਅਗਰ ਤੁਸੀਂ ਸਟੇਟ ਬੋਰਡ ਵੀ ਹੈਗੇ ਹੋ, CBSE ਬੋਰਡ ਵੀ ਹੈ, ICI ਬੋਰਡ ਵੀ ਹੈਗਾ, ਤਾਂ ਵੀ ਤੁਸੀਂ ਇਲੀਜੀਬਲ ਹੈਗੇ ਹੋ ਆਸਟ੍ਰੇਲੀਆ ਦੇ ਲਈ। ਆਸਟ੍ਰੇਲੀਆ ਦੇ ਵਿੱਚ ਮਤਲਬ ਫਾਈਲ ਲਗਾ ਲੈਂਦੇ ਹਾਂ, ਜੇ ਇੱਕ ਵਾਰੀ ਰਿਫਿਊਜ਼ਲ ਆ ਗਈ ਦੁਬਾਰਾ ਫਾਈਲ ਨਹੀਂ ਲੱਗਦੀ ਫਿਰ ਉਹ। ਨਿਊਜ਼ੀਲੈਂਡ ਲਈ ਅਗਰ ਤੁਸੀਂ ਇੱਥੇ ਇੰਡੀਆ 'ਚ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਹਾਡਾ ਸਪਾਊਸ ਦਾ ਓਪਨ ਵਰਕ ਪਰਮਿਟ ਲੱਗੇਗਾ, ਤੁਹਾਡੇ ਬੱਚਿਆਂ ਦੇ ਵੀਜ਼ੇ ਵੀ ਨਾਲ ਲੱਗ ਜਾਣਗੇ। ਜਿਹੜੇ ਬੱਚਿਆਂ ਨੇ ਆਸਟ੍ਰੇਲੀਆ ਪ੍ਰੈਫਰ ਕਰ ਰਹੇ ਨੇ ਉਹ 24 ਪਾਸਪੋਰਟ ਯੂਨੀਵਰਸਿਟੀ ਹੀ ਅਪਲਾਈ ਕਰੋ, ਤਾਂ ਕਿ ਤੁਹਾਡਾ ਵੀਜ਼ਾ ਸਕਸੈਸ ਰੇਟ ਜਿਹੜਾ 99% ਸਿਰਫ ਯੂਨੀਵਰਸਿਟੀ ਦਾ ਆ ਰਿਹਾ, ਬਾਕੀ ਕਾਲਜ ਜਾਂ ਡਿਪਲੋਮੇ ਦੇ ਵਿੱਚ ਅਗਰ ਤੁਸੀਂ ਅਪਲਾਈ ਕਰਦੇ ਹੋ ਤਾਂ 100 ਦੇ ਵਿੱਚੋਂ 1-2 ਵੀਜ਼ੇ ਆਉਂਦੇ, ਤਾਂ ਉਹਦਾ ਤੁਹਾਡੀ ਪ੍ਰੋਫਾਈਲ ਖਰਾਬ ਕਰਨ ਵਾਲੀ ਗੱਲ ਹੋ ਜਾਣੀ ਹੈ। UK ਅਸੀਂ 3.5 ਲੱਖ ਰੁਪਏ ਦੇ ਵਿੱਚ ਤੁਹਾਨੂੰ ਬੈਚਲਰ ਜਾਂ UG ਪ੍ਰੋਗਰਾਮ ਦਾ ਲੈ ਕੇ ਦੇਵਾਂਗੇ, ਏਜੰਟ ਲਈ ਵੀ ਬਹੁਤ ਵਧੀਆ। ਜਿਹਨਾਂ ਬੱਚਿਆਂ ਦੇ ਕੋਲ ਪੈਸੇ ਨਹੀਂ ਹੁੰਦੇ, ਪੇਰੈਂਟਸ ਕੋਲ ਪੈਸੇ ਨਹੀਂ ਹੁੰਦੇ, ਹੈ ਨਾ, ਉਹ ਵੀਜ਼ਾ ਕਿਵੇਂ ਅਪਲਾਈ ਕਰਨ, ਉਹਦੇ ਲਈ ਵੀ ਤੁਸੀਂ ਕੁਛ ਕਰਦੇ? ਜਦੋਂ ਸਾਡੇ ਕੋਲ ਵੀਜ਼ਾ ਅਪਲਾਈ ਕਰੋਗੇ ਪਹਿਲਾਂ ਤੁਹਾਨੂੰ ਦੱਸਾਂਗੇ ਆਹ ਕੋਰਸ ਹੈ, ਆਹ ਆਫਰ ਲੈਟਰ ਹੈ, ਆਹ ਤੁਹਾਡਾ GIC ਪੇ ਕਰਤਾ ਸੀ ਪ੍ਰੋਪਰ, ਤੁਹਾਨੂੰ ਇਕੱਲੀ ਇਕੱਲੀ ਚੀਜ਼ ਦੱਸ ਕੇ ਦਿਖਾ ਕੇ ਤੁਸੀਂ 10 ਬੰਦਿਆਂ ਦੀ ਵਿਦ ਪਰੂਫ ਨਾਲ ਫਿਰ ਤੁਸੀਂ ਸਾਡੇ ਕੋਲ ਵੀਜ਼ਾ ਅਪਲਾਈ ਕਰੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਅਤੇ ਮੈਂ ਹਾਂ ਭਾਗਯਸ਼੍ਰੀ। ਤਾਂ ਅੱਜ ਅਸੀਂ ਗੱਲ ਕਰਾਂਗੇ ਵੀਜ਼ਾ ਦੇ ਬਾਰੇ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਬੱਚਾ ਬਾਹਰ ਜਾਣ ਦੇ ਲਈ ਬਹੁਤ ਜ਼ਿਆਦਾ ਉਤਸ਼ਾਹਿਤ ਹੈ, ਖਾਸ ਕਰਕੇ ਯੂਥ ਜਨਰੇਸ਼ਨ ਜਿਨ੍ਹਾਂ ਨੇ ਹੁਣੀ ਹੁਣੀ ਪਲੱਸ ਟੂ ਕੀਤੀ ਹੁੰਦੀ ਹੈ, ਕਿਉਂਕਿ ਆਂਢ ਗੁਆਂਢ ਦੇ ਵਿੱਚ, ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਇੱਦਾਂ ਦੀ ਯੂਥ ਜਨਰੇਸ਼ਨ ਹੈ ਜੋ ਬਾਹਰ ਜਾ ਕੇ ਸੈਟਲ ਹੋ ਚੁੱਕੀ ਹੈ, ਅਤੇ ਹੁਣ ਜਿਨ੍ਹਾਂ ਨੇ ਪਲੱਸ ਟੂ ਪਾਸ ਕੀਤੀ ਹੁੰਦੀ ਹੈ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਸਵਾਲ ਆਉਂਦਾ ਹੈ ਕਿ ਅਸੀਂ ਵੀ ਬਾਹਰ ਜਾਈਏ, ਪਰ ਕਿਤੇ ਨਾ ਕਿਤੇ ਇਹ ਉਲਝਣ ਜ਼ਰੂਰ ਹੁੰਦੀ ਹੈ ਕਿ ਬਾਹਰ ਜਾਣ ਦੇ ਲਈ ਕਿਹੜੀ ਕੰਟਰੀ ਜ਼ਿਆਦਾ ਬੈਸਟ ਰਹੇਗੀ, ਜਾਂ ਫਿਰ ਸਪਾਊਸ ਜ਼ਿਆਦਾ, ਜਿਹੜੀ ਕਿ ਸਪਾਊਸ ਕਿਹੜੀ ਕੰਟਰੀ ਵਧੀਆ ਦਿੰਦੀ ਹੈ, ਉੱਥੇ ਜਾ ਕੇ ਕੰਮ ਮਿਲਦਾ ਹੈ ਜਾਂ ਫਿਰ ਨਹੀਂ ਮਿਲਦਾ, PR ਹੁੰਦੀ ਹੈ ਨਹੀਂ ਹੁੰਦੀ, ਜਾਂ ਫਿਰ ਕਿਹੜੇ ਕਿਹੜੇ ਬੇਸਿਸ 'ਤੇ ਤੁਸੀਂ ਬਾਹਰ ਜਾ ਸਕਦੇ ਹੋ, ਇਹਨਾਂ ਸਾਰਿਆਂ ਦੇ ਉੱਤੇ ਗੱਲ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਐਡਵਾਈਜ਼ਰ ਮੌਜੂਦ ਨੇ, ਜਿਨ੍ਹਾਂ ਨੇ ਘੱਟੋ ਘੱਟ ਉਹਨਾਂ ਦੀਆਂ ਪੂਰੇ ਪੰਜਾਬ ਅਤੇ ਹਰਿਆਣਾ ਦੇ ਵਿੱਚ 16 ਤੋਂ 17 ਬ੍ਰਾਂਚਿਸ ਨੇ, ਤਾਂ ਉਹਨਾਂ ਦਾ ਨਾਮ ਵੀ ਤੁਹਾਨੂੰ ਦੱਸਾਂਗੇ, ਪਰ ਤੁਹਾਨੂੰ ਇੱਕ ਵਾਰ ਰੂਬਰੂ ਜ਼ਰੂਰ ਕਰਾਉਂਦੇ ਹਾਂ। ਸਤਿ ਸ਼੍ਰੀ ਅਕਾਲ ਪ੍ਰੀਤ ਢੀਂਡਸਾ ਜੀ। ਸਰ, ਮੈਂ ਇੱਕ ਗੱਲ ਹੋਰ ਪੁੱਛੂੰਗੀ ਤੁਹਾਡੇ ਤੋਂ, ਅੱਜ ਦੀ ਜਨਰੇਸ਼ਨ ਦੇ ਵਿੱਚ
ਮੋਸਟਲੀ ਯੂਥ ਬਾਹਰ ਜਾਣ ਦਾ ਬਹੁਤ ਜ਼ਿਆਦਾ ਕਰੇਜ਼ ਰੱਖ ਰਿਹਾ, ਪਰ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਕੰਫਿਊਜ਼ਨ ਜ਼ਰੂਰ ਹੈ ਕਿ ਉਹ ਕਿਹੜੀ ਕੰਟਰੀ ਚੂਜ਼ ਕਰੇ ਜਿਨ੍ਹਾਂ ਨੂੰ ਉੱਥੇ ਜਾ ਕੇ ਵਧੀਆ, ਜਿਹੜੀ ਕਿ ਆਪਾਂ ਕਹਿ ਦਿੰਦੇ ਹਾਂ ਵੀ ਕੰਮ ਕਾਜ ਵੀ ਮਿਲਦੇ, ਫਿਊਚਰ ਉਹਨਾਂ ਦਾ ਸਿਕਿਓਰ ਹੋ ਜਾਵੇ, ਤਾਂ ਤੁਹਾਡੇ ਕੋਲ ਇੱਦਾਂ ਦੀ ਕਿਹੜੀ ਓਪਰਚੁਨਿਟੀ ਹੈਗੀ? ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੈਨੇਡਾ ਦੀ, ਕੈਨੇਡਾ ਦੇ ਵਿੱਚ ਬਹੁਤ ਸਾਰੇ ਬੱਚੇ ਡਰੇ ਹੋਏ ਨੇ ਕਿ ਵਰਕ ਪਰਮਿਟ PSWP ਨਹੀਂ ਮਿਲਦਾ ਜਾਂ ਸਪਾਊਸ ਨਹੀਂ ਜਾ ਰਿਹਾ, ਤਾਂ ਸਾਡੇ ਕੋਲ ਕਾਫੀ ਆਪਸ਼ਨਸ ਹੈਗੀਆਂ ਨੇ, ਜਿਵੇਂ ਜਿਹੜੇ ਬੱਚੇ ਨੇ ਸਪਾਊਸ ਦੇ ਨਾਲ ਪਲੱਸ ਟੂ ਤੋਂ ਬਾਅਦ ਵੀ ਜਾਣਾ ਤਾਂ ਉਹ ਬੈਚਲਰ 'ਚ ਐਡਮਿਸ਼ਨ ਲੈ ਸਕਦਾ, ਫੀਸਾਂ ਬਹੁਤ ਘੱਟ ਹੈਗੀਆਂ ਯੂਨੀਵਰਸਿਟੀ ਦੀਆਂ। ਬਹੁਤ ਸਾਰੇ ਬੱਚੇ ਕਹਿੰਦੇ ਕਿ GIC ਵੱਧ ਗਿਆ, GIC ਵਧਣ ਦੇ ਨਾਲ ਸਾਡੇ ਕੋਲ ਆਪਸ਼ਨਸ ਹੋਰ ਵੀ ਬਹੁਤ ਆ ਗਈਆਂ ਕਿ ਜਿਹੜੀਆਂ ਤੁਸੀਂ ਚੂਜ਼ ਕਰਨਾ ਹੈ, ਕਾਲਜ ਜਾਂ ਯੂਨੀਵਰਸਿਟੀ ਚੂਜ਼ ਕਰਨਾ, ਪਬਲਿਕ ਯੂਨੀਵਰਸਿਟੀ ਚੂਜ਼ ਕਰਕੇ ਤੁਸੀਂ ਆਪਣਾ ਘੱਟ ਫੀਸਾਂ ਵਾਲੇ ਸਾਡੇ ਕੋਲ ਯੂਨੀਵਰਸਿਟੀਜ਼ ਹੈਗੀਆਂ ਜਿਨ੍ਹਾਂ ਦੀ ਫੀਸ $8,700 ਤੋਂ ਲੈ ਕੇ $11,000 ਮਾਸਟਰ ਡਿਗਰੀ ਦੀ ਸਾਡੇ ਕੋਲ ਫੀਸ ਹੈਗੀ ਹੈ, ਤਾਂ ਆਪਣੇ ਸਪਾਊਸ ਨੂੰ ਤੁਸੀਂ ਪਲੱਸ ਟੂ ਤੋਂ ਬਾਅਦ ਵੀ ਨਾਲ ਲਿਜਾ ਸਕਦੇ ਹੋ, ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਵੀ ਨਾਲ ਲਿਜਾ ਸਕਦੇ ਹੋ। ਕੈਨੇਡਾ ਦੇ ਵਿੱਚ ਅਵੇਅਰਨੈਸ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ GIC ਆਪਣੇ ਅਕਾਊਂਟ ਦੇ ਵਿੱਚੋਂ ਭਰੋ, ਕਿਉਂਕਿ ਬਹੁਤ ਸਾਰੇ ਏਜੰਟ, ਮੇਰੇ ਕੋਲ ਕੁਝ ਬੱਚੇ ਆਏ ਸੀਗੇ ਸਾਡੇ ਤੋਂ ਕੈਸ਼ ਪੇਮੈਂਟ ਲੈ ਲਈ ਜੀ ਉਹਨਾਂ ਨੇ ਵੀ ਅਸੀਂ ਤੁਹਾਡਾ GIC ਪੇ ਕਰ ਦਾਂਗੇ, ਤਾਂ ਇਹ ਚੀਜ਼ਾਂ ਤੋਂ ਥੋੜ੍ਹਾ ਅਵੇਅਰ ਹੋਣ ਦੀ ਜ਼ਰੂਰਤ ਹੈ। ਆਪਣੇ ਅਕਾਊਂਟ ਤੋਂ ਹੀ ਡਾਇਰੈਕਟ ਬੈਂਕ ਦੇ ਥਰੂ GIC ਭਰੋ, ਔਰ ਅਗਰ ਤੁਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਵੀ ਦਿੰਦੇ ਹੋ, ਸਾਡੀ ਕੰਪਨੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੀ ਲੈਂਦੀ ਹੈ ਵੈਸੇ, ਤਾਂ ਤੁਸੀਂ ਮਤਲਬ 1 ਰੁਪਈਆ ਸਿੰਗਲ ਪੈਨੀ ਕਿਸੇ ਨੂੰ ਐਡਵਾਂਸ ਨਾ ਦਿਓ, ਤਾਂ ਕੈਨੇਡਾ ਦਾ ਬਹੁਤ ਵਧੀਆ ਰਿਸਪੋਂਸ ਹੈ, ਬਹੁਤ ਵਧੀਆ ਵੀਜ਼ਾ ਆ ਰਿਹਾ, ਤੁਸੀਂ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਵੀ ਤੁਸੀਂ ਕੈਨੇਡਾ ਦਾ ਇਕੱਠਿਆਂ ਦਾ ਵੀਜ਼ਾ ਲੈ ਸਕਦੇ ਹੋ। ਬਹੁਤ ਸਾਰੀਆਂ ਆਪਸ਼ਨਸ ਨੇ, ਸਾਡੇ ਕੋਲ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ, ਅਸੀਂ ਤੁਹਾਨੂੰ ਉਹੀ ਪੁਰਾਣੇ ਰੇਟਾਂ ਦੇ ਵਿੱਚ 20-21 ਲੱਖ ਰੁਪਏ ਦੇ ਵਿੱਚ ਇੰਕਲੂਡਿੰਗ GIC ਤੁਹਾਨੂੰ ਆਪਸ਼ਨਸ ਦੇਵਾਂਗੇ, ਜਿਹਦੇ ਨਾਲ ਤੁਸੀਂ ਜਾ ਕੇ ਅੱਗੇ PSWP ਵੀ ਇਲੀਜੀਬਿਲਟੀ ਹੈਗੀ ਆ ਅਤੇ ਆਪਣਾ ਫਿਊਚਰ ਵੀ ਬ੍ਰਾਈਟ ਕਰ ਸਕਦੇ ਹੋ, ਅਗਰ ਗੱਲ ਕਰੀਏ ਕੈਨੇਡਾ ਦੀ। ਹੁਣ ਸੈਕਿੰਡ, ਉਸ ਤੋਂ ਬਾਅਦ ਜਿਹੜੀਆਂ ਗੱਲਾਂ ਆਪਣਾ, ਬਹੁਤ ਸਾਰੇ ਬੱਚੇ ਇੱਦਾਂ ਦੇ ਕਿ ਸਰ ਅਸੀਂ ਕੈਨੇਡਾ ਜਾਣਾ ਨਹੀਂ, ਕੰਮ ਦੀ ਪ੍ਰੋਬਲਮ ਹੈ। ਹਾਂ, ਇਹ ਬਹੁਤ ਸਵਾਲ ਖੜਾ ਹੁੰਦਾ ਹੈ ਕਿ ਹਾਂ ਬਈ ਕੈਨੇਡਾ ਦੇ ਵਿੱਚ ਜਾਣਾ ਤਾਂ ਹੁੰਦਾ ਹੈ, ਪਰ ਖਬਰਾਂ ਜਿਵੇਂ ਆਉਂਦੀਆਂ ਨੇ ਕਿ ਹਾਂ ਬਈ ਉੱਥੇ ਕੰਮ ਕਾਜ ਨਹੀਂ ਹੁੰਦਾ। ਮੈਂ ਸਾਰਿਆਂ ਨੂੰ ਇੱਕ ਐਡਵਾਈਸ ਦਊਂਗਾ ਕਿ ਜਦੋਂ ਤੁਸੀਂ ਫਾਈਲ ਲਗਾ ਲੈਂਦੇ ਹੋ ਨਾ, ਤਾਂ ਫਾਈਲ ਲਗਾਉਣ ਤੋਂ ਬਿਟਵੀਨ ਤੁਹਾਡੇ ਜਿਹੜੀ ਹੈਗੀ ਵੀਜ਼ਾ ਆਉਣ ਤੱਕ ਦਾ 1.5-2 ਮਹੀਨੇ, 3 ਮਹੀਨੇ ਦਾ ਟਾਈਮ ਜ਼ਰੂਰ ਹੁੰਦਾ, ਤਾਂ ਤੁਸੀਂ ਕੋਈ ਨਾ ਕੋਈ ਸਕਿੱਲ ਜਾਂ ਆਪਣਾ ਜ਼ਰੂਰ ਇੱਥੇ ਸਿੱਖ ਕੇ ਜਾਇਆ ਕਰੋ, ਤਾਂ ਮੈਂ 100% ਮੈਂ ਗਰੰਟੀ ਲੈਂਦਾ, ਅਗਰ ਤੁਸੀਂ ਉੱਥੇ ਇੱਥੇ ਇੰਡੀਆ ਦੇ ਵਿੱਚ ਕੋਈ ਪਲੰਬਰ ਦਾ ਕੋਰਸ 2 ਮਹੀਨਿਆਂ ਦੀ ਟ੍ਰੇਨਿੰਗ ਲੈ ਲਓ, ਕੋਈ AC ਮਕੈਨਿਕ ਦੀ ਲੈ ਲਓ, ਕੋਈ ਕਿੰਨੇ ਟ੍ਰੇਡ ਨੇ ਆਪਣੇ ਕੋਲ, ਤਾਂ ਕੁਛ ਮਾੜਾ ਮੋਟਾ ਤੁਹਾਨੂੰ ਕੁਛ ਆਉਂਦਾ, ਤਾਂ ਅਸੀਂ 100% ਤੁਹਾਨੂੰ ਜੋਬ ਵੀ ਸਟੂਡੈਂਟ ਦੇ ਨੂੰ ਲਵਾ ਕੇ ਦੇਵਾਂਗੇ। ਬ੍ਰੈਂਪਟਨ ਨੂੰ ਛੱਡ ਕੇ ਤੁਸੀਂ ਥੋੜ੍ਹਾ ਜਿਹਾ ਇੱਧਰ ਉੱਧਰ ਮੂਵ ਕਰੋਗੇ ਤਾਂ ਕੈਨੇਡਾ ਬਹੁਤ ਵੱਡਾ, 4.25 ਕਰੋੜ ਦੀ ਆਬਾਦੀ ਹੈ, ਇੰਡੀਆ ਤੋਂ 3 ਗੁਣਾ ਵੱਡਾ ਹੈਗਾ ਕੈਨੇਡਾ, ਤਾਂ ਸੈਟਲ ਹੋਣ ਲਈ ਆਉਣ ਵਾਲੇ ਟਾਈਮ 'ਚ ਬਹੁਤ ਵਧੀਆ ਆਪਸ਼ਨ 'ਚ, ਕੈਨੇਡਾ ਨੂੰ ਛੱਡਣ ਦੀ ਲੋੜ ਨਹੀਂ ਹੈ, ਕੈਨੇਡਾ ਹੀ ਮਤਲਬ ਬੈਸਟ ਆਪਸ਼ਨ ਹੈ ਆਉਣ ਵਾਲੇ ਟਾਈਮ ਦੇ ਵਿੱਚ, ਜਿਹੜੇ ਤੁਸੀਂ ਆਪਣੇ ਪਰਿਵਾਰ ਨਾਲ ਸੈਟਲ ਹੋ ਸਕਦੇ ਹੋ। ਵੈਸੇ ਮੋਸਟਲੀ ਤਾਂ ਹਰ ਕੋਈ ਕੈਨੇਡਾ ਜਾਣ ਨੂੰ ਹੀ ਮਤਲਬ ਪੰਜਾਬੀ ਜ਼ਿਆਦਾ ਹੀ ਕੈਨੇਡਾ ਵਸਿਆ ਹੋਇਆ, ਆਪਾਂ ਕਹਿੰਦੇ ਵੀ ਉੱਧਰ ਵੀ ਇੱਕ ਪੰਜਾਬ ਵੱਸ ਚੁੱਕਿਆ, ਪਰ ਇਹਦੇ ਨਾਲ ਹੋਰ ਵੀ ਕਈ ਕੰਟਰੀਆਂ ਨੇ। ਹਾਂ, ਜੇ ਤੁਸੀਂ ਉਸ ਤੋਂ ਬਾਅਦ ਆਸਟ੍ਰੇਲੀਆ ਦੀ ਆਪਾਂ ਗੱਲ ਕਰੀਏ, ਆਸਟ੍ਰੇਲੀਆ ਦੇ ਵਿੱਚ ਜਿਹੜਾ ਬੱਚੇ ਨੇ 24 ਦੇ ਵਿੱਚ ਪਲੱਸ ਟੂ ਕੀਤੀ ਹੈਗੀ ਹੈ, ਚਾਹੇ ਉਹ ਆਰਟਸ ਦੇ ਵਿੱਚ ਕੀਤੀ ਹੈ, ਚਾਹੇ ਉਹ ਕਮਰਸ ਦੇ ਵਿੱਚ ਕੀਤੀ ਹੈ, ਚਾਹੇ ਉਹਨਾਂ ਨੇ ਮੈਡੀਕਲ ਜਾਂ ਨੋਨ ਮੈਡੀਕਲ 'ਚ ਕੀਤੀ ਹੈ, ਅਗਰ ਤੁਸੀਂ ਸਟੇਟ ਬੋਰਡ ਵੀ ਹੈਗੇ ਹੋ, CBSE ਬੋਰਡ ਵੀ ਹੈ, ICSE ਬੋਰਡ ਵੀ ਹੈਗਾ, ਤਾਂ ਵੀ ਤੁਸੀਂ ਇਲੀਜੀਬਲ ਹੈਗੇ ਹੋ ਆਸਟ੍ਰੇਲੀਆ ਦੇ ਲਈ। ਸਾਡੇ ਕੋਲ GT ਤੁਹਾਡੀ ਵਿਦਇਨ 10 ਡੇਜ਼ ਦੇ ਵਿੱਚ ਕਲੀਅਰ ਹੋ ਜਾਏਗੀ, ਤਾਂ ਡਾਕੂਮੈਂਟ ਉਹਦੇ 'ਚ ਵੀ ਅਸੀਂ ਪੈਕੇਜ ਡੀਲ ਕਰ ਰਹੇ ਹਾਂ, ਸਾਰੇ ਪੈਸੇ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ, ਈਵਨ ਕਿ ਤੁਸੀਂ 1 ਸਿੰਗਲ ਪੈਨੀ ਕਿਸੇ ਨੂੰ ਐਡਵਾਂਸ ਨਹੀਂ ਦੇਣੀ। ਸਰ, ਮੈਂ ਇੱਕ ਹੋਰ ਗੱਲ ਸੁਣੀ ਸੀ, ਆਸਟ੍ਰੇਲੀਆ ਦੇ ਵਿੱਚ ਮਤਲਬ ਫਾਈਲ ਲਗਾ ਲੈਂਦੇ ਹਾਂ, ਜੇ ਇੱਕ ਵਾਰੀ ਰਿਫਿਊਜ਼ਲ ਆ ਗਈ ਦੁਬਾਰਾ ਫਾਈਲ ਨਹੀਂ ਲੱਗਦੀ ਫਿਰ ਉਹ?
ਨਹੀਂ, ਆਸਟ੍ਰੇਲੀਆ ਦੇ ਵਿੱਚ ਦੁਬਾਰਾ ਸੀਓਈਜ਼ ਔਖੀ ਆ, ਇਸ਼ੂ ਨਹੀਂ ਹੁੰਦੀ ਦੁਬਾਰਾ। ਤਾਂ ਅਗਰ ਤੁਸੀਂ ਆਸਟ੍ਰੇਲੀਆ ਨੂੰ ਛੱਡ ਕੇ ਬਹੁਤ ਸਾਰੀਆਂ, ਜਿਵੇਂ ਸਪਾਊਸ ਦੀ ਗੱਲ ਕਰਦੇ ਹਾਂ ਆਪਾਂ, ਨਿਊਜ਼ੀਲੈਂਡ ਦੇ ਅਗਰ ਤੁਸੀਂ ਇੱਥੇ ਇੰਡੀਆ 'ਚ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਹਾਡਾ ਸਪਾਊਸ ਦਾ ਓਪਨ ਵਰਕ ਪਰਮਿਟ ਲੱਗੇਗਾ, ਤੁਹਾਡੇ ਬੱਚਿਆਂ ਦੇ ਵੀਜ਼ੇ ਵੀ ਨਾਲ ਲੱਗ ਜਾਣਗੇ। ਅਗਰ ਤੁਸੀਂ ਨਿਊਜ਼ੀਲੈਂਡ ਫੰਡਾਂ ਦੀ ਗੱਲ ਕਰੀਏ ਤਾਂ ਫੰਡ ਤੁਹਾਡੇ ਫਰੈਸ਼ ਵੀ, ਅਸੀਂ ਸਾਡੇ ਕੋਲ ਆਪਸ਼ਨ ਹੈਗੇ ਆ, ਇਨਕਮ ਆਫ ਸੋਰਸ ਵਗੈਰਾ ਦਿਖਾ ਕੇ ਅਸੀਂ ਫਰੈਸ਼ ਫੰਡ 'ਤੇ ਵੀ ਲੇਟੈਸਟ ਵੀਜ਼ੇ ਲਏ ਆ ਸਾਡੇ ਪੇਜ ਦੇ ਉੱਪਰ ਪਏ ਹੋਏ ਆ। ਜੇ ਪਲੱਸ ਟੂ ਤੋਂ ਬਾਅਦ ਤੁਸੀਂ ਸਪਾਊਸ ਲਾਉਣਾ ਤਾਂ ਤੁਹਾਡਾ ਜਿੰਨੇ ਟਾਈਮ ਦਾ ਡਿਪਲੋਮਾ ਦਾ ਕੋਰਸ ਆ ਉਨੇ ਟਾਈਮ ਦਾ ਤੁਹਾਡਾ ਸਪਾਊਸ ਦਾ ਵਿਜ਼ਟਰ ਵੀਜ਼ਾ ਲੱਗੇਗਾ ਨਾਲ। ਤਾਂ ਮਤਲਬ ਸਪਾਊਸ ਦੀਆਂ ਆਪਸ਼ਨਸ ਹੈਗੀਆਂ ਨੇ, ਨਿਊਜ਼ੀਲੈਂਡ ਵੀ ਹੈਗਾ, ਆਸਟ੍ਰੇਲੀਆ ਵੀ ਹੈਗਾ। ਤਾਂ ਜਿਹੜੇ ਬੱਚਿਆਂ ਨੇ ਆਸਟ੍ਰੇਲੀਆ ਪ੍ਰੈਫਰ ਕਰ ਰਹੇ ਨੇ ਤਾਂ 24 ਪਾਸਪੋਰਟ ਯੂਨੀਵਰਸਿਟੀ ਹੀ ਅਪਲਾਈ ਕਰੋ, ਤਾਂ ਕਿ ਤੁਹਾਡਾ ਵੀਜ਼ਾ ਸਕਸੈਸ ਰੇਟ ਜਿਹੜਾ 99% ਸਿਰਫ ਯੂਨੀਵਰਸਿਟੀ ਦਾ ਆ ਰਿਹਾ, ਬਾਕੀ ਕਾਲਜ ਜਾਂ ਡਿਪਲੋਮੇ ਦੇ ਵਿੱਚ ਅਗਰ ਤੁਸੀਂ ਅਪਲਾਈ ਕਰਦੇ ਹੋ ਤਾਂ 100 ਦੇ ਵਿੱਚੋਂ 1-2 ਵੀਜ਼ੇ ਆਉਂਦੇ, ਤਾਂ ਉਹਦਾ ਤੁਹਾਡੀ ਪ੍ਰੋਫਾਈਲ ਖਰਾਬ ਕਰਨ ਵਾਲੀ ਗੱਲ ਹੋ ਜਾਣੀ ਹੈ। ਅਤੇ ਸਰ ਪਲੱਸ ਟੂ ਤੋਂ ਬਾਅਦ ਇੱਦਾਂ ਦਾ ਕਿਹੜਾ ਕੋਰਸ ਬੱਚਿਆਂ ਨੂੰ ਕਰਨਾ ਚਾਹੀਦਾ ਜੋ ਕਿ ਉੱਥੇ ਜਾ ਕੇ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ? ਕਈ ਕਹਿੰਦੇ ਨੇ ਵੀ ਸਟੱਡੀ ਵੀਜ਼ਾ ਹੋ ਗਿਆ ਜਾਂ ਫਿਰ ਜਿਹੜਾ ਹੈਗਾ ਉਹ ਡਿਪੈਂਡ ਔਨ ਯੂਅਰ ਪ੍ਰੀਵੀਅਸ ਸਟੱਡੀ ਆ ਜਿਹੜੀ ਤੁਸੀਂ ਕੀਤੀ ਹੈ ਪਲੱਸ ਟੂ ਦੇ ਵਿੱਚ, ਤੁਸੀਂ ਕੀ ਕੀਤਾ, ਮੈਡੀਕਲ ਦਾ ਕੋਰਸ ਹੈ, ਨੋਨ ਮੈਡੀਕਲ ਹੈ, ਉਸਦੇ ਰੈਲੀਮੈਂਟ ਹੀ ਕੋਰਸ ਜਾਏਗਾ ਤੁਹਾਡਾ। ਅਤੇ ਉਸ ਤੋਂ ਬਾਅਦ ਜਿਵੇਂ ਹੁਣ ਕੈਨੇਡਾ ਦੀ ਗੱਲ ਕਰੀਏ ਤਾਂ ਚੂਜ਼ ਕਰਨ ਦੀ ਗੱਲ ਹੈ, ਤੁਸੀਂ ਅਗਰ ਵਧੀਆ ਤੁਹਾਡਾ ਐਡਵਾਈਜ਼ਰ ਵਧੀਆ, ਤੁਹਾਡਾ ਏਜੰਟ ਵਧੀਆ ਹੈਗਾ, ਉਹ ਤੁਹਾਨੂੰ ਸਾਰੀਆਂ ਆਪਸ਼ਨ ਦੇਗਾ। ਸਾਡੇ ਕੋਲ ਤਾਂ ਇੱਦਾਂ ਦੀ ਆਪਸ਼ਨ ਹੈ ਜਿਨ੍ਹਾਂ ਦੀ ਪਬਲਿਕ ਕਾਲਜਾਂ ਦੀ ਫੀਸ $9,000 ਤੋਂ 1 year ਦੀ ਸ਼ੁਰੂ ਹੋ ਰਹੀ ਹੈ, ਯੂਨੀਵਰਸਿਟੀ ਵੀ ਹੈਗੀ ਸਾਡੇ ਕੋਲ। ਤਾਂ ਹੁਣ ਇੱਕ ਹੋਰ ਚੀਜ਼ ਹੈ ਜਿਹੜੇ ਬੱਚਿਆਂ ਨੇ, ਜਿਵੇਂ ਹੁਣ ਇੱਕ ਲਾਸਟ ਸਾਡਾ 42 year ਓਲਡ ਦਾ ਵੀਜ਼ਾ ਆਇਆ, ਉਹ ਬੈਂਕਰ ਸੀ ਮੁੰਡਾ, 13 ਤੋਂ ਜੋਬ ਕੀਤੀ ਉਹਨੇ ਬੈਂਕ 'ਚ, ਓਵਰਆਲ 6 band ਸੀਗੇ। ਤਾਂ ਉਹ ਵਿਦ ਵਾਈਫ ਦੇ ਨਾਲ ਉਹਨਾਂ ਦਾ ਬੱਚਾ, ਉਹਨਾਂ ਦਾ ਸਾਰਿਆਂ ਦਾ ਵੀਜ਼ਾ ਆਇਆ, ਇਕੱਠਿਆਂ ਦਾ ਵੀਜ਼ਾ ਲੈ ਕੇ ਦਿੱਤਾ ਅਸੀਂ ਨੇ। ਤਾਂ ਜਿਹੜੇ ਮਤਲਬ ਓਵਰਆਲ 6 ਦੇ ਵਿੱਚ ਮਾਸਟਰ ਡਿਗਰੀ ਲਈ ਵੀ ਤੁਸੀਂ ਜਾ ਸਕਦੇ ਹੋ, ਉਹਦੇ 'ਚ ਸਾਡੇ ਕੋਲ ਕਾਫੀ ਆਪਸ਼ਨਸ ਹੈਗੀਆਂ ਨੇ। ਬਹੁਤ ਸਾਰੇ ਕੰਸਲਟੈਂਟ ਕਹਿੰਦੇ ਨੇ ਵੀ ਤੁਹਾਡੇ 6 each ਜਾਂ ਓਵਰਆਲ 6.5 band ਚਾਹੀਦੇ ਨੇ, ਪਰ MOI ਲਾ ਕੇ ਅਸੀਂ ਔਫਰ ਲੈਟਰ ਤੁਹਾਨੂੰ ਲੈ ਕੇ ਦੇਵਾਂਗੇ, ਤਾਂ ਕੋਈ ਇਸ਼ੂ ਨਹੀਂ ਹੈਗਾ। ਵੀ ਤੁਸੀਂ ਓਵਰਆਲ ਸਾਡੇ 2 ਚੋਂ 5.5 ਨੇ, ਓਵਰਆਲ 6 band ਨੇ, ਤੁਸੀਂ ਮਾਸਟਰ ਡਿਗਰੀ ਲਈ ਵੀ ਆਪਣੇ ਪਰਿਵਾਰ ਸਮੇਤ ਕੈਨੇਡਾ ਜਾ ਸਕਦੇ ਹੋ। ਅਤੇ ਉਸ ਤੋਂ ਬਾਅਦ UK ਦੀ ਗੱਲ ਕਰੀਏ ਤਾਂ UK ਸਾਡੇ ਕੋਲ ਕਾਫੀ ਅੱਛੇ ਪੈਕੇਜ ਹੈਗੇ ਨੇ। UK ਅਸੀਂ 3.5 lakh ਰੁਪਏ ਦੇ ਵਿੱਚ ਤੁਹਾਨੂੰ ਬੈਚਲਰ ਜਾਂ UG ਪ੍ਰੋਗਰਾਮ ਦਾ ਲੈ ਕੇ ਦੇਵਾਂਗੇ। ਏਜੰਟ ਲਈ ਵੀ ਬਹੁਤ ਵਧੀਆ B2B ਲਈ ਆਪਸ਼ਨਸ ਹੈਗੀਆਂ UK ਦੀਆਂ, ਤਾਂ ਤੁਸੀਂ ਇੱਕ ਵਾਰ ਸਾਡੇ ਆਫਿਸ ਜ਼ਰੂਰ ਵਿਜ਼ਿਟ ਕਰੋ। UK ਦੇ ਵਿੱਚ ਬਹੁਤ ਚੀਜ਼ਾਂ ਇੱਦਾਂ ਦੀਆਂ, ਜਿਵੇਂ ਤੁਹਾਡਾ 4-5 ਸਾਲ ਦਾ ਪਲੱਸ ਟੂ ਤੋਂ ਬਾਅਦ ਗੈਪ ਚੱਕ ਲਾਂਗੇ, ਗ੍ਰੈਜੂਏਸ਼ਨ ਤੋਂ ਬਾਅਦ 10 ਸਾਲ ਦਾ ਗੈਪ ਲੈ ਲਾਂਗੇ ਅਸੀਂ, ਓਵਰਆਲ 6 band 'ਤੇ ਤੁਹਾਡਾ ਵੀਜ਼ਾ ਆ ਜਾਏਗਾ, ਵੀਜ਼ੇ ਦੀ 100% ਸ਼ਿਓਰਟੀ ਹੈ। 3.5 lakh ਰੁਪਏ ਆਫਟਰ ਵੀਜ਼ਾ ਲੈਣਾ, ਅਸੀਂ 1 rupee ਐਡਵਾਂਸ ਨਹੀਂ ਲੈਂਦੇ, ਸਿਰਫ ਤੁਸੀਂ ਅੰਬੈਸੀ ਫੀਸ ਪੇ ਕਰਨੀ, ਜਿੱਦਾਂ ਤੁਹਾਡੀ ਫਾਈਲ ਅੰਬੈਸੀ ਜਾਏਗੀ। ਤੋ ਇਨੀਸ਼ੀਅਲ 1 rupee ਵੀ ਐਡਵਾਂਸ ਨਹੀਂ ਹੈ, ਔਰ ਪ੍ਰੋਪਰ ਸਲਾਹ ਦੇ ਨਾਲ ਹੀ ਅਗਰ ਤੁਸੀਂ ਕੋਈ ਵੀ, ਅੱਜ ਦੇਖੋ ਤੁਹਾਡੇ ਫਿਊਚਰ ਦਾ ਸਵਾਲ ਹੈ ਬੱਚਿਆਂ ਦੇ, ਮੈਂ ਨਹੀਂ ਕਹਿੰਦਾ ਕਿ ਸਾਰੀਆਂ ਫਾਈਲਾਂ ਮੇਰੇ ਕੋਲ ਆਉਣ, ਪਰ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਤਾਂ 1-2-3 ਬੰਦੇ ਦੀ ਸਲਾਹ ਜ਼ਰੂਰ ਲਿਆ ਕਰੋ, ਤਾਂ ਕਿ ਤੁਹਾਨੂੰ ਕੋਈ ਬੈਸਟ ਆਪਸ਼ਨ ਨਿਕਲ ਜੇ, ਜੇ ਤੁਹਾਡਾ ਫਿਊਚਰ ਵੀ ਬ੍ਰਾਈਟ ਰਹੇ, ਤੁਹਾਨੂੰ PSW ਜਾਂ ਤੁਹਾਡਾ UK ਦੀ ਗੱਲ ਕਰੀਏ ਆਪਾਂ, ਤਾਂ ਤੁਹਾਨੂੰ ਵਧੀਆ ਯੂਨੀਵਰਸਿਟੀ ਲੋਕੇਸ਼ਨ ਅੱਛੀ ਹੋਵੇ, ਤਾਂ ਤੁਸੀਂ ਉੱਥੇ ਵੀਜ਼ਾ ਅਪਲਾਈ ਕਰ ਸਕੋ ਆਪਣਾ। ਅਤੇ ਸਰ ਮੈਂ ਇੱਕ ਹੋਰ ਗੱਲ ਪੁੱਛੂੰਗੀ, ਜਿਨ੍ਹਾਂ ਦੇ ਗੈਪ ਹੁੰਦੇ ਨੇ ਵੀ ਪਲੱਸ ਟੂ ਤੋਂ ਬਾਅਦ ਜਾਂ ਫਿਰ ਡਿਗਰੀ ਤੋਂ ਬਾਅਦ 5-6 ਸਾਲਾਂ ਦਾ ਗੈਪ ਹੁੰਦਾ, ਉਹਨਾਂ ਦਾ ਵੀ ਤੁਹਾਡੇ ਕੋਲ ਹੁੰਦਾ ਵੇ? ਹਾਂਜੀ ਹਾਂਜੀ ਬਿਲਕੁਲ, ਦੇਖੋ ਜਸਟੀਫਿਕੇਸ਼ਨ ਦੇਣੀ ਪੈਂਦੀ ਹੈ ਅੰਬੈਸੀ ਨੂੰ, ਤੁਹਾਡਾ UK ਦਾ ਗੈਪ ਹੈ, ਤੁਹਾਡਾ ਐਕਸੈਪਟੇਬਲ ਹੈਗਾ, ਕੈਨੇਡਾ ਲਈ ਐਕਸੈਪਟੇਬਲ ਹੈਗਾ। ਨਿਊਜ਼ੀਲੈਂਡ ਜਿਵੇਂ ਬਹੁਤ ਸਾਰੇ ਬੱਚੇ ਆਸਟ੍ਰੇਲੀਆ ਤੋਂ ਰਿਫਿਊਜ਼ਲ ਲੱਗ ਗਏ, ਨਰਾਸ ਹੋ ਕੇ ਬਹਿ ਗਏ ਨੇ, ਉਹਨਾਂ ਨੇ 2022 ਦੇ ਵਿੱਚ ਪਲੱਸ ਟੂ ਕੀਤੀ ਹੈ, 2023 ਜਾਂ 24 'ਚ ਪਲੱਸ ਟੂ ਕੀਤੀ ਹੈ, ਜਾਂ ਉਹਨਾਂ ਨੇ ਗ੍ਰੈਜੂਏਸ਼ਨ 2020 ਦੇ ਵਿੱਚ ਕਰ ਲਈ ਹੈ, ਬਟ ਉਹਨਾਂ ਕੋਲ ਜਿਹੜਾ ਹੈਗਾ ਆਸਟ੍ਰੇਲੀਆ ਨਹੀਂ ਲੈ ਰਿਹਾ ਉਹਨਾਂ ਨੂੰ, ਤਾਂ ਤੁਸੀਂ ਨਿਊਜ਼ੀਲੈਂਡ ਅਪਲਾਈ ਕਰ ਲਓ। ਨਿਊਜ਼ੀਲੈਂਡ ਸਾਡੇ ਕੋਲ ਕਾਫੀ ਆਪਸ਼ਨਸ ਹੈਗੀਆਂ ਨੇ, ਉਹਦੇ 'ਚ ਵੀ 1 single penny ਅਸੀਂ ਐਡਵਾਂਸ ਨਹੀਂ ਲੈ ਰਹੇ।
ਤੁਸੀਂ ਇੱਕ ਵਾਰ ਸਾਡੇ ਨਾਲ ਸਲਾਹ ਕਰੋ, ਆ ਕੇ ਬੈਠੋ, ਸਾਡੀ ਐਕਸਪਰਟ ਟੀਮ ਨੂੰ ਮਿਲੋ, ਤੁਹਾਨੂੰ ਪ੍ਰੋਪਰ ਵਧੀਆ ਗਾਈਡੈਂਸ ਦੇਣਗੇ। ਫਿਰ ਤੁਹਾਨੂੰ ਅਗਰ ਸਾਨੂੰ ਅੱਛਾ ਲੱਗੇ ਵੀ ਹਾਂ ਅਸੀਂ ਪ੍ਰੋਪਰ ਸਾਨੂੰ ਇਹ ਗਾਈਡੈਂਸ ਮਿਲੀ ਹੈ, ਫਿਰ ਸਾਡੇ ਕੋਲ ਵੀਜ਼ਾ ਅਪਲਾਈ ਕਰੋ। ਸਰ ਤੁਹਾਡੇ ਕੋਲ ਕਿਹੜੇ ਕਿਹੜੇ ਵੀਜ਼ੇ ਲਈ ਓਪਰਚੁਨਿਟੀ ਹੈਗੀ ਹੈ? ਸਾਡਾ ਅਸੀਂ ਜਿਹੜੀ ਸਾਡੀ ਕੰਪਨੀ ਹੈਗੀ ਹੈ ਸਟੱਡੀ ਵੀਜ਼ਾ ਔਰ ਵਿਜ਼ਟਰ ਵੀਜ਼ਾ 'ਚ ਜ਼ਿਆਦਾ ਡੀਲ ਕਰਦੀ ਹੈ। ਤੋ ਜਿਹੜੇ ਬੱਚਿਆਂ ਨੇ ਜਿਵੇਂ ਆਸਟ੍ਰੇਲੀਆ, ਕੈਨੇਡਾ, US ਦੇ ਵਿੱਚ, US ਦੀ ਗੱਲ ਕਰੀਏ ਆਪਾਂ, US ਦੇ ਵਿੱਚ ਅਗਰ ਤੁਹਾਡਾ ਵੀਜ਼ਾ ਤੁਸੀਂ ਲੈਣਾ 100% ਲੈਣਾ, ਤਾਂ ਉਹਦੇ 'ਚ US ਦੇ ਵਿੱਚ ਕੀ ਹੈਗਾ ਕਿ ਯੂਨੀਵਰਸਿਟੀ ਦੀ ਜਿਹੜੀ ਹੈਗੀ ਹੈ ਜਾਂ ਕੋਰਸ ਰੈਲੀਮੈਂਟ ਹੋਣਾ ਬਹੁਤ ਜ਼ਰੂਰੀ ਹੈ। ਅਗਰ ਤੁਸੀਂ ਪਬਲਿਕ ਯੂਨੀਵਰਸਿਟੀ ਲੈ ਰਹੇ ਹੋ, ਸਾਡੇ ਲੇਟੈਸਟ ਹੁਣ ਵੀ ਵੀਜ਼ੇ US ਦੇ ਆਏ ਸਾਡੇ ਪੇਜ 'ਤੇ ਪਏ ਹੋਏ ਆ, ਅਗਰ ਤੁਸੀਂ ਪਬਲਿਕ ਯੂਨੀਵਰਸਿਟੀ ਲੈ ਰਹੇ ਹੋ, ਰੈਂਕਡ ਯੂਨੀਵਰਸਿਟੀ ਲੈ ਰਹੇ ਹੋ, ਤਾਂ ਤੁਹਾਡਾ ਜਿਹੜਾ 99% ਵੀਜ਼ਾ ਇੰਪਰੂਵ ਹੋ ਜਾਂਦਾ US ਦਾ। US ਦਾ ਵੀਜ਼ਾ 5 ਸਾਲ ਦਾ ਆਉਂਦਾ, 3 ਸਾਲ ਦੀ ਅਗਰ ਤੁਸੀਂ ਬੈਚਲਰ ਲੈ ਲਈ ਜਾਂ 2 ਸਾਲ ਦੀ ਮਾਸਟਰ ਲੈ ਲਈ, ਤਾਂ ਵੀ ਤੁਹਾਡੇ ਕੋਲ 2 ਸਾਲ ਦਾ ਟਾਈਮ ਹੁੰਦਾ ਕਿ ਉਹਦੇ ਰੈਲੀਮੈਂਟ ਤੁਹਾਨੂੰ ਜੋਬ ਮਿਲ ਜਾਵੇ ਅੱਗੇ। ਤਾਂ US ਦੇ ਵੀ ਕਾਫੀ ਅੱਛੀਆਂ ਆਪਸ਼ਨਜ਼ ਹੈਗੀਆਂ ਸਾਡੇ ਕੋਲ, ਵਿਦ ਔਰ ਵਿਦਆਊਟ ਐਲਸ ਦੋਨੇ ਕੈਟਾਗਰੀ 'ਚ ਬੱਚੇ US ਵੀਜ਼ਾ ਅਪਲਾਈ ਕਰ ਸਕਦੇ ਨੇ, UK ਵੀ ਵਿਦਆਊਟ ਐਲਸ ਵੀ ਅਪਲਾਈ ਕਰ ਸਕਦੇ ਨੇ। ਕੈਨੇਡਾ ਦੇ ਵਿੱਚ ਸਾਡੇ ਕੋਲ ਬਹੁਤ ਆਪਸ਼ਨਜ਼ ਹੈਗੀਆਂ ਨੇ, ਅਗਰ ਵਿਦ ਸਪਾਊਸ ਜਾਂ ਸਿੰਗਲ ਜਾਣਾ ਚਾਹੁੰਦਾ, ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ। ਪੈਸਾ ਸਾਡਾ ਕੋਈ ਇੱਦਾਂ ਦਾ ਮੋਟਿਵ ਨਹੀਂ ਕਿ ਕਿਸੇ ਬੱਚੇ ਦੀ ਜ਼ਿੰਦਗੀ ਨਾਲ ਖੇਡੀਏ ਜਾਂ ਕਿਸੇ ਬੱਚੇ ਦੇ ਨਾਲ ਖਿਲਵਾੜ ਹੋਵੇ, ਉਹ ਤੁਸੀਂ ਪੈਸੇ ਉਦੋਂ ਹੀ ਦੇਣੇ ਆ ਜਦੋਂ ਤੁਹਾਡੇ ਹੱਥ 'ਚ ਵੀਜ਼ਾ ਆਊਗਾ। ਅਤੇ ਸਰ ਆਇਲਸ ਤੋਂ ਬਿਨਾਂ ਵੀ ਮਤਲਬ ਬਾਹਰ ਜਾ ਸਕਦੇ ਨੇ ਜਿਨ੍ਹਾਂ ਨੇ ਆਇਲਸ ਨਹੀਂ ਕੀਤੀ ਹੁੰਦੀ? ਹਾਂਜੀ, ਉਹ ਜਿਹੜਾ ਹੈਗਾ ਸਾਡਾ ਕੈਨੇਡਾ ਦੇ ਵਿੱਚ ਤੁਸੀਂ ਵਿਦਆਊਟ ਆਇਲਸ ਜਾ ਸਕਦੇ ਹੋ, ਉਹ ਮੇਰੇ ਨਾਲ ਮੇਰੇ ਬ੍ਰਾਂਚ ਹੈੱਡ ਨੇ ਬੱਬਲਦੀਪ ਸਿੰਘ ਇਹ ਦੱਸਣਗੇ ਤੁਹਾਨੂੰ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ, ਤੁਹਾਡਾ ਜੀ ਬਹੁਤ ਵਧੀਆ ਕੁਐਸਚਨ ਹੈ, ਮੈਂ ਇੱਕ ਕੁਐਸਚਨ ਦਾ ਆਨਸਰ ਦੇਵਾਂਗਾ। ਜਿਹੜੇ ਬੱਚੇ ਅੱਜ ਸਟੱਡੀ ਛੱਡ ਚੁੱਕੇ ਨੇ ਆਪਦੀ, ਜਾਂ ਜਿਨ੍ਹਾਂ ਦਾ 8 ਤੋਂ 10 ਸਾਲ ਦਾ ਗੈਪ ਪੈ ਗਿਆ, ਇਹਨਾਂ ਨੂੰ ਉਮੀਦ ਨਹੀਂ ਹੈਗੀ ਕੈਨੇਡਾ ਜਾਣ ਦੀ, ਅਸੀਂ ਉਹਨਾਂ ਵਾਸਤੇ ਲੈ ਕੇ ਹਾਂ ਕੈਨੇਡਾ ਵਰਕ ਪਰਮਿਟ। ਉਹਦੇ ਵਿੱਚ ਕੀ ਹੈ, ਜਿਹੜੇ ਬੱਚਿਆਂ ਕੋਲ ਐਲਸ ਹੈਗੀ ਜਾਂ PT ਹੈਗੀ ਹੈ ਉਹਨਾਂ ਵਾਸਤੇ ਵੀ ਆਪਸ਼ਨ ਅਵੇਲੇਬਲ ਨੇ, ਜਾਂ ਜਿਨ੍ਹਾਂ ਕੋਲ PT ਐਲਸ ਨਹੀਂ ਹੈਗੀ, ਜਮਾਂ ਜਿਨ੍ਹਾਂ ਨੇ ਬੱਚਿਆਂ ਨੇ ਕੇਵਲ 10ਵੀਂ ਕੀਤੀ ਹੈ, ਉਹ ਉਹਨਾਂ ਬੱਚਿਆਂ ਵਾਸਤੇ ਕੈਨੇਡਾ ਵਰਕ ਪਰਮਿਟ ਦੀ ਆਪਸ਼ਨ ਹੈਗੀ ਜੀ। ਇਹਨੇ 'ਚ 1 ਈਅਰ ਦਾ ਵਰਕ ਪਰਮਿਟ ਲੈ ਕੇ ਜਾਵਾਂਗੇ ਅਸੀਂ, ਜਾਂ 2 ਸਾਲ ਦੀ ਆਪਸ਼ਨ ਵੀ ਹੈਗੀ ਹੈ। ਇਹਦੇ 'ਚ ਇੱਕ ਮੈਂ ਹੁਣ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਕੰਸਲਟੈਂਟ ਇੱਦਾਂ ਦੇ ਹੈਗੇ ਆ, ਦੇਖੋ ਮੈਂ ਕਿਸੇ ਦੀ ਬੁਰਾਈ ਨਹੀਂ ਕਰਨਾ ਚਾਹੁੰਦਾ, ਕਿ ਵਰਕ ਪਰਮਿਟ ਲੱਗ ਜਾਂਦਾ ਪਰ ਉੱਥੇ ਜਾ ਕੇ ਬੱਚੇ ਦਾ ਕਈ ਵਾਰ ਜੋਬ ਨਹੀਂ ਮਿਲਦੀ ਜਾਂ ਪੇ ਰੋਲ ਨਹੀਂ ਚੱਲਦਾ ਤਾਂ ਸੈਟਲ ਨਹੀਂ ਹੁੰਦੇ, ਜਾਂ ਤੁਸੀਂ ਬਾਅਦ 'ਚ ਫੈਮਿਲੀ ਬੁਲਾਉਣੀ ਹੈ ਤਾਂ ਤੁਹਾਡਾ ਪੇ ਰੋਲ ਚੱਲੇ ਗਿਆ, ਜਾਂ ਤੁਹਾਡਾ ਪ੍ਰੋਪਰ ਜੋਬ ਕਰ ਰਹੇ ਹੋ ਤੁਸੀਂ ਟੈਕਸ ਦੇ ਰਹੇ ਹੋ ਤਾਂ ਤੁਸੀਂ ਪਿੱਛੇ ਫੈਮਿਲੀ ਨੂੰ ਬੁਲਾ ਸਕਦੇ ਹੋ। ਤਾਂ ਕੈਨੇਡਾ ਦੇ ਵਿੱਚ ਅਗਰ ਜੇ ਬੱਚੇ ਨੇ ਵਰਕ ਪਰਮਿਟ 10th ਕੀਤੀ ਹੈ, ਇਕੱਲਾ ਪਾਸਪੋਰਟ ਅਤੇ 10th ਸਰਟੀਫਿਕੇਟ ਹੈਗਾ ਉਹਦੇ ਕੋਲ, ਵਿਦਆਊਟ ਐਲਸ ਸਾਡੇ ਕੋਲ ਪ੍ਰੀ ਇੰਪਰੂਵਡ ਐਲਮਾਈਜ਼ ਹੈਗੀਆਂ ਨੇ, ਉਹਦੇ 'ਚ ਵੀ ਤੁਸੀਂ 1 ਰੁਪਈਆ ਐਡਵਾਂਸ ਨਹੀਂ ਦੇਣਾ। ਪਹਿਲਾਂ ਤੁਸੀਂ ਆਪਣਾ ਵੀਜ਼ਾ ਪ੍ਰਾਪਤ ਕਰੋ, ਚੈੱਕ ਕਰੋ, GCG ਤੁਹਾਨੂੰ ਖੋਲ੍ਹ ਕੇ ਚੈੱਕ ਕਰਾਇਆ ਜਾਊਗਾ, ਉਸ ਤੋਂ ਬਾਅਦ ਵਿਦ ਜੋਬ ਦੀ ਆਪਸ਼ਨਜ਼ ਹੈਗੀਆਂ, ਫੈਮਿਲੀ ਦੀਆਂ ਪਿੱਛੇ ਪ੍ਰੋਪਰ ਹੈਲਪ ਕਰਾਂਗੇ ਜਾਣ ਦੀ, ਤਾਂ ਬਹੁਤ ਕੁਛ ਹੈਗਾ। ਬਹੁਤ ਜੈਨੂਨ ਰੇਟ ਦੇ ਵਿੱਚ ਅਸੀਂ ਐਲਮਾਈਜ਼ ਕਰਾ ਕੇ ਦੇ ਰਹੇ ਹਾਂ। ਤਾਂ ਜਿਹੜੇ ਬੱਚਿਆਂ ਨੇ 10th ਕੀਤੀ ਹੈ ਉਹ ਮਤਲਬ ਕਾਬਲ ਨਹੀਂ ਹੈਗੇ, ਜਿਨ੍ਹਾਂ ਕੋਲ PT ਨਹੀਂ ਹੈਗੀ ਜਾਂ ਗੈਪ ਵੱਧ ਚੁੱਕੇ ਨੇ, ਉਹ ਬੱਚੇ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਨੇ ਕੈਨੇਡਾ ਲਈ। ਅਤੇ ਇੱਕ ਸਰ ਟੂਰਿਸਟ ਵੀਜ਼ਾ ਵੀ ਹੁੰਦਾ ਹੈ, ਕਹਿੰਦੇ ਵੀ ਟੂਰਿਸਟ ਵੀਜ਼ਾ ਕਰਕੇ ਨਾ ਉੱਥੇ ਕਿਸੇ ਹੋਰ ਕੰਟਰੀ ਵਿੱਚ ਜਾਂਦੇ, ਜਿਵੇਂ ਕੈਨੇਡਾ ਦੇ ਵਿੱਚ ਗਏ ਅਤੇ ਉੱਥੋਂ ਫਿਰ ਕਿਸੇ ਹੋਰ ਕੰਟਰੀ ਵਿੱਚ ਚਲੇ ਜਾਂਦੇ ਨੇ, ਇੱਦਾਂ ਵੀ ਹੁੰਦਾ ਹੈਗਾ? ਟੂਰਿਸਟ ਵੀਜ਼ਾ ਦੇਖੋ ਮੈਮ ਅਸੀਂ ਕਰਦੇ ਹਾਂ ਜੈਨੂਨ ਤਰੀਕੇ ਨਾਲ ਕਰ ਰਹੇ ਹਾਂ, ਪ੍ਰੋਪਰ ਉਹਨਾਂ ਦੀ ਫੰਡਿੰਗ ਹੁੰਦੀ ਹੈ, ਉਹਨਾਂ ਦੀ ITR 'ਚ। ਜਿਹੜਾ ਟੂਰਿਸਟ ਵੀਜ਼ਾ ਨਾ ਤੁਹਾਡੀ ਪ੍ਰੋਫਾਈਲ 'ਤੇ ਡਿਪੈਂਡ ਕਰਦਾ ਕਿ ਤੁਸੀਂ ਇੰਡੀਆ ਦੇ ਵਿੱਚ ਕਿੰਨੇ ਕੁ ਸਟਰੋਂਗ ਹੋ, ਜਿਹੜਾ ਟੂਰਿਸਟ ਵੀਜ਼ਾ ਉਹਦੇ 'ਤੇ ਡਿਪੈਂਡ ਕਰਦਾ। ਤੋ ਸਾਡੇ ਕੋਲ ਸਪੋਂਸਰਸ ਹੈਗੀਆਂ ਨੇ, ਕੈਨੇਡਾ ਤੋਂ ਵੀ ਟੂਰਿਸਟ ਵੀਜ਼ਾ ਕਰ ਰਹੇ ਹਾਂ, ਯੂਰਪ ਦਾ ਵੀ ਕਰ ਰਹੇ ਹਾਂ ਅਸੀਂ, UK ਦਾ ਵੀ ਕਰ ਰਹੇ ਹਾਂ, ਸਪੋਂਸਰਸ ਵੀ ਹੈਗੀਆਂ ਪ੍ਰੋਪਰ, ਉਹਨਾਂ ਦੀ ਫੰਡਿੰਗ, ਉਹਨਾਂ ਦੀ ਟੀਮ ਹੈ ਜਿਹੜੀ ਸਾਡੀ ਪ੍ਰੋਪਰ ਚੈੱਕ ਕਰਕੇ ਫਾਈਲ ਲੋਜਮੈਂਟ ਹੁੰਦੀ ਆ, ਉਹ ਵੀ ਬਹੁਤ ਜੈਨੂਨ ਰੇਟ ਦੇ ਵਿੱਚ ਅਸੀਂ ਕਰਦੇ ਪਏ ਹਾਂ। ਉਹਦੇ 'ਚ ਵੀ ਸਿੰਗਲ ਪੈਨੀ, ਤੁਸੀਂ 1 ਰੁਪਈਆ ਵੀ ਐਡਵਾਂਸ ਨਹੀਂ ਦੇਣਾ। ਅਗਰ ਤੁਸੀਂ ਟੂਰਿਸਟ ਵੀਜ਼ਾ ਕਿਸੇ ਵੀ ਕੰਟਰੀ ਦਾ ਅਪਲਾਈ ਕਰਨਾ ਹੈ ਤਾਂ ਤੁਸੀਂ 1 ਵਾਰ ਫਿਰ ਸਾਡੇ ਆਫਿਸ ਵਿਜ਼ਿਟ ਕਰੋ, ਕਿਸੇ ਵੀ ਬ੍ਰਾਂਚ ਦੇ ਵਿੱਚ, ਸਾਡੀਆਂ 16 ਬ੍ਰਾਂਚਿਜ਼ ਹੈਗੀਆਂ ਪੰਜਾਬ ਐਂਡ ਹਰਿਆਣਾ 'ਚ, ਕਿਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ। ਸਰ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹੂੰਗੀ ਵੀ
ਉਲਝਣ ਤਾਂ ਬਹੁਤ ਹੁੰਦੀ ਹੈ ਲੋਕਾਂ ਦੇ ਮਨਾਂ ਦੇ ਵਿੱਚ, ਯੂਥ ਦੇ ਵਿੱਚ, ਪਰ ਉਹ ਕਿਹੜਾ ਇੱਦਾਂ ਦਾ ਕੰਸਲਟੈਂਸੀ ਜਾਂ ਫਿਰ ਕਿਹੜਾ ਇੱਦਾਂ ਦਾ ਏਜੰਟ ਚੁਆਇਸ ਕਰਨ ਜਿੱਥੇ ਉਹਨਾਂ ਨੂੰ ਵਧੀਆ ਗਾਈਡਲਾਈਨਸ ਮਿਲ ਸਕੇ? ਕਿਉਂਕਿ ਆਪਾਂ ਦੇਖਿਆ ਵੀ ਧੋਖਾਧੜੀ ਬਹੁਤ ਹੁੰਦੀ ਹੈ ਏਜੰਟ, ਠੀਕ ਹੈ? ਮੈਂ ਦੱਸਣਾ ਚਾਹੂੰਗਾ ਕਿ ਜਿਹੜੇ ਬੱਚਿਆਂ ਨੇ ਜਦੋਂ ਏਜੰਟ ਦੀ ਚੂਜ਼ ਕਰਦੇ ਹਾਂ ਨਾ ਆਪਾਂ, ਤਾਂ ਇੱਕ ਵਾਰ ਉਹਦੀ ਪ੍ਰੋਫਾਈਲ ਜ਼ਰੂਰ ਦੇਖਿਆ ਕਰੋ ਵੀ ਉਹਨੇ ਕਿੰਨੇ ਵੀਜ਼ੇ ਲਵਾਏ, ਕਿਹੜੀਆਂ ਪ੍ਰੋਫਾਈਲਾਂ ਦੇ ਵੀਜ਼ੇ ਲਵਾਏ, ਕਿੰਨੀਆਂ ਬ੍ਰਾਂਚਾਂ ਚੱਲ ਰਹੀਆਂ ਨੇ। ਹੁਣ ਦੇਖੋ ਕੋਈ ਨਵਾਂ ਬੰਦਾ ਇੱਕ ਦਿਨ ਇੱਕ ਬ੍ਰਾਂਚ ਖੋਲ੍ਹ ਕੇ ਉਹਨੂੰ ਪ੍ਰਮੋਟ ਕਰ ਰਿਹਾ, ਬਟ ਆਉਣ ਵਾਲੇ ਟਾਈਮ 'ਚ ਉਹ ਤੁਹਾਡੇ ਤੋਂ ਕੈਸ਼ ਦੇ ਵਿੱਚ ਲੈ ਰਿਹਾ, ਜਿਵੇਂ GAC ਤੁਹਾਨੂੰ ਅੱਜ GAC $20,635 ਜਾ ਰਿਹਾ, ਤੁਹਾਨੂੰ ਬੰਦਾ ਕੋਈ ਕਹਿ ਰਿਹਾ ਵੀ ਤੁਹਾਡਾ GAC ਘੱਟ ਪੇ ਕਰ ਦਾਂਗੇ ਜੀ, ਤੁਸੀਂ 11 ਲੱਖ ਰੁਪਇਆ ਕੈਸ਼ ਦੇ ਦਿਉ ਸਾਨੂੰ। ਤੋ ਇੱਦਾਂ ਦੀਆਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ। ਤੁਸੀਂ GIC ਆਪਣੇ ਅਕਾਊਂਟ ਤੋਂ ਸਿੱਧਾ ਪੇ ਕਰੋ, ਆਫਰ ਲੈਟਰ ਦੇ ਕੋਈ ਚਾਰਜਿਸ ਨਹੀਂ ਸਾਡੇ। ਤੁਸੀਂ ਮਤਲਬ ਅਗਰ ਪੈਕੇਜ ਵਿਦ GIC ਵੀ ਕਰਨਾ ਚਾਹੁੰਦੇ ਹੋ, ਉਹ ਵੀ ਅਸੀਂ ਵਿਦ GIC ਪੈਕੇਜ ਕਰਾਂਗੇ। ਔਰ ਇੱਕ ਚੀਜ਼ ਹੋਰ ਹੈ, ਇਹ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ, ਤੁਹਾਡਾ ਪ੍ਰੋਪਰ ਅਕਾਊਂਟ ਖੁੱਲ੍ਹੇਗਾ ਤੁਹਾਨੂੰ ਪ੍ਰੋਪਰ ਪਹਿਲਾਂ ਚੈੱਕ ਕਰਾਵਾਂਗੇ, ਆ ਤੁਹਾਡਾ GIC ਸਰਟੀਫਿਕੇਟ ਆ ਗਿਆ, ਜਦੋਂ ਮਰਜ਼ੀ ਸਾਡੇ ਕੋਲ ਆਫਿਸ ਆ ਕੇ ਚੈੱਕ ਕਰ ਸਕਦੇ ਹੋ। ਉਸ ਤੋਂ ਬਾਅਦ ਤੁਹਾਨੂੰ ਫੀਸ ਰਿਸਿਪਟ ਚੈੱਕ ਕਰਾਵਾਂਗੇ, ਤੁਹਾਡੀ ਅਸੀਂ ਫੀਸ ਪੇ ਕੀਤੀ ਹੈ, ਮਤਲਬ ਇਹ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ। ਫਿਰ ਦੂਜੀ ਗੱਲ ਆ ਜਾਂਦੀ, ਬਹੁਤ ਸਾਰੇ ਬੱਚੇ ਇੱਦਾਂ ਦੇ ਨੇ ਵੀ ਅਸੀਂ ਪੈਕੇਜ ਹੀ ਨਹੀਂ ਕਰਨਾ ਜੀ, ਅਸੀਂ ਤਾਂ ਨੋਰਮਲ ਕਰਨਾ। ਉਹਨਾਂ ਲਈ ਵੀ ਇੰਨੀਆਂ ਵਧੀਆ ਆਪਸ਼ਨਜ਼ ਹੈਗੀਆਂ, ਜਿਵੇਂ ਹੁਣ ਤੁਸੀਂ ਅੱਜ ਕੋਈ ਤੁਸੀਂ ਪਬਲਿਕ ਕਾਲਜ ਦੀ ਗੱਲ ਕਰੋ, ਸਾਡੇ ਕੋਲ ਇਹੋ ਜਿਹੀ ਆਪਸ਼ਨ ਹੈ, $8,700 ਤੋਂ ਫੀਸ ਸ਼ੁਰੂ ਹੋ ਰਹੀ ਹੈ। ਅਤੇ ਅਗਰ ਤੁਸੀਂ $17,000 ਦੀ ਕਾਲਜਾਂ ਦੀ, ਕਈਆਂ ਦੀ ਫੀਸ $17,000 ਹੈ, ਅਗਰ ਤੁਹਾਨੂੰ ਲੱਗਦਾ ਵੀ GAC ਵੱਧ ਗਿਆ, ਪਰ ਤੁਹਾਡੀ ਜਿਹੜੀ ਫੀਸ ਸੀ ਤੁਹਾਡੀ $10,000-$11,000 ਦੀ, ਸਾਡੇ ਕੋਲ ਮਾਸਟਰ ਡਿਗਰੀ ਪਈ ਹੈ $11,000 1 year ਦੀ ਫੀਸ ਹੈ, ਤਾਂ ਬੱਚੇ ਉਹੋ ਜਿਹੀਆਂ ਆਪਸ਼ਨਾਂ ਚੂਜ਼ ਕਰਨ। ਜੇ ਤੁਹਾਡਾ ਲੱਗਦਾ ਹੈ ਤੁਹਾਨੂੰ ਵੀ ਕੈਨੇਡਾ ਮਹਿੰਗਾ ਹੋ ਗਿਆ, ਤਾਂ ਫਿਰ ਉਸ ਹਿਸਾਬ ਨਾਲ ਚੂਜ਼ ਕਰੋ ਕਿ ਪਬਲਿਕ ਯੂਨੀਵਰਸਿਟੀ ਤੁਹਾਨੂੰ ਮਿਲ ਜਾਏ ਜਿਹਦੀ ਫੀਸ ਘੱਟ ਹੋਵੇ, ਕਾਲਜ ਇੱਦਾਂ ਦਾ ਮਿਲ ਜਾਏ ਜਿਹਦੀ ਫੀਸ ਘੱਟ ਹੋਵੇ, ਤਾਂ ਕਿ ਤੁਹਾਡਾ ਮੈਨੇਜ ਪ੍ਰੋਪਰ ਹੋ ਜਾਏ, ਜਿਹੜਾ $5,000-$10,000 ਵਧਿਆ ਵਾ ਉਹ ਤੁਹਾਡਾ ਕਵਰ ਹੋ ਜਾਏ। ਤਾਂ ਇੱਦਾਂ ਦੀਆਂ ਆਪਸ਼ਨ ਹੈਗੀਆਂ, ਪਹਿਲਾਂ ਆਪਸ਼ਨ ਲਿਆ ਕਰੋ, ਫਿਰ 2-3 ਏਜੰਟਾਂ ਨੂੰ ਗੇੜੇ ਲਾਓ, ਕੁਛ ਨਹੀਂ ਹੁੰਦਾ, ਧੱਕੇ ਖਾਣ ਨਾਲ ਕੋਈ ਫਰਕ ਨਹੀਂ ਪੈਂਦਾ, ਤਾਂ ਕਿ ਤੁਹਾਨੂੰ ਸਹੀ ਗਾਈਡੈਂਸ ਮਿਲੇ। ਫਿਰ ਤੁਸੀਂ ਚੂਜ਼ ਕਰਿਆ ਕਰੋ ਵੀ ਸਾਨੂੰ ਗਾਈਡੈਂਸ ਪ੍ਰੋਪਰ ਸਹੀ ਕਿੱਥੋਂ ਮਿਲੀ ਹੈ, ਫਿਰ ਉੱਥੇ ਵੀਜ਼ਾ ਅਪਲਾਈ ਕਰੋ ਆਪਣਾ। ਅਤੇ ਸਰ, ਅੱਜ ਕੱਲ੍ਹ ਦੀ ਯੂਥ ਜਿੱਥੇ ਕੈਨੇਡਾ, ਆਸਟ੍ਰੇਲੀਆ, UK ਦਾ ਰੁੱਖ ਕਰ ਰਹੀ ਹੈ, ਪਰ ਹੁਣ ਦੇਖਿਆ ਜਾ ਰਿਹਾ ਹੈ ਕਿ ਯੂਰਪ ਦੇ ਵਿੱਚ ਵੀ ਜਾਣ ਲੱਗ ਗਏ, ਤਾਂ ਯੂਰਪ ਦੇ ਵਿੱਚ ਕਿਹੜੀ ਕਿਹੜੀ ਕੰਟਰੀ? ਯੂਰਪ ਦੇ ਵਿੱਚ ਤੁਸੀਂ, ਅਸੀਂ ਜਰਮਨੀ ਅਤੇ ਮਾਲਟਾ ਡੀਲ ਕਰ ਰਹੇ ਹਾਂ। ਜਰਮਨੀ ਦੇ ਵਿੱਚ ਤੁਸੀਂ ਆਪਣਾ ਵਿਦ ਔਰ ਵਿਦਆਊਟ ਆਈਲਸ ਦੋਨੇ ਵੀਜ਼ੇ ਅਪਲਾਈ ਕਰ ਸਕਦੇ ਹੋ, ਔਰ ਜਰਮਨੀ ਦੇ ਵਿੱਚ ਆਪਸ਼ਨਜ਼ ਹੈਗੀਆਂ, ਵਰਕ ਪਰਮਿਟ ਵੀ ਮਿਲਦਾ ਸਟੱਡੀ ਤੋਂ ਬਾਅਦ। ਅਤੇ ਜਰਮਨੀ ਬਹੁਤ ਬੈਸਟ ਕੰਟਰੀ ਹੈ ਲੇਬਰ ਰਿਕੁਆਇਰਡ ਦਾ, ਐਵਰੀ ਮਤਲਬ 2-4 ਦੁਕਾਨਾਂ ਸਾਡੇ ਕੋਲ ਤੁਹਾਨੂੰ ਬੋਰਡ ਮਿਲੇਗਾ ਹੀ ਮਿਲੇਗਾ ਜਰਮਨੀ ਦੇ ਵਿੱਚ। ਤਾਂ ਮੈਂ ਪਿੱਛੇ ਜੇ ਜਾ ਕੇ ਆਇਆ ਜਰਮਨੀ, ਤਾਂ ਸਾਰਾ ਟੂਰ ਕੀਤਾ ਅਸੀਂ ਉੱਥੇ, ਪ੍ਰੋਪਰ ਸਰਚ ਕੀਤਾ, ਕਾਫੀ ਯੂਨੀਵਰਸਿਟੀਜ਼ ਨਾਲ ਅਸੀਂ ਕੰਟੈਕਟ ਕਰਕੇ ਆਏ ਹਾਂ। ਤਾਂ ਜਿਹੜੇ ਬੱਚਿਆਂ ਨੇ ਜਰਮਨੀ ਜਾਣਾ ਜਾਂ ਮਾਲਟਾ ਜਾਣਾ, ਉਹ ਵੀ ਸਾਡੇ ਕੋਲ ਜ਼ਰੂਰ ਵਿਜ਼ਿਟ ਕਰਨ, ਉਹਦੇ 'ਚ ਵੀ ਸਾਰਾ ਪੈਕੇਜ ਹੀ ਹੈਗਾ। ਅਤੇ FD ਜਿਹੜਾ ਹੈਗਾ, ਬਲੌਕ ਅਕਾਊਂਟ ਹੁੰਦਾ ਉੱਥੇ ਲਈ, ਤਾਂ ਬਲੌਕ ਅਕਾਊਂਟ ਦਾ ਵੀ ਅਸੀਂ ਪੈਕੇਜ ਕਰਦੇ ਹਾਂ, ਤਾਂ ਕਿ ਬੱਚੇ ਨੂੰ ਇੱਕ ਸਿੰਗਲ ਪੈਨੀ ਵੀ ਪਹਿਲਾਂ ਖਰਚਣੀ ਨਾ ਪਵੇ। ਬੱਚੇ ਦਾ 0% ਲੌਸ ਹੈ, ਕੱਲ੍ਹ ਨੂੰ ਵੀਜ਼ਾ ਨਹੀਂ ਆਉਂਦਾ ਤਾਂ ਤੁਹਾਡਾ 1 ਰੁਪਏ ਦਾ ਵੀ ਲੌਸ ਨਹੀਂ ਹੈਗਾ। ਅੰਬੈਸੀ ਫੀਸ ਵੀ ਅਸੀਂ ਖੁਦ ਪੇ ਕਰ ਰਹੇ ਹਾਂ। ਤਾਂ ਇੱਕ ਵਾਰ ਸਾਡੇ ਆਫਿਸ ਵਿਜ਼ਿਟ ਕਰਕੇ ਤੁਸੀਂ ਆਪਣੀ ਪ੍ਰੋਫਾਈਲ ਜ਼ਰੂਰ ਚੈੱਕ ਕਰਾਓ, ਜੇ ਤੁਸੀਂ ਸੈਟਿਸਫਾਈ ਨਹੀਂ ਹੈਗੇ ਤਾਂ ਮੈਂ ਨਹੀਂ ਕਹੂੰਗਾ ਕਿ ਤੁਸੀਂ ਸਾਡੇ ਸਟਾਫ ਨੂੰ ਫਾਈਲ ਦੇ ਕੇ ਜਾਓ। ਇੱਕ ਸਰ, ਜਿਹੜੇ ਬੱਚੇ ਜਿਹੜੇ ਕਹਿੰਦੇ ਨੇ ਵੀ ਵੀਜ਼ਾ ਤਾਂ ਲਗਾਉਣਾ ਹੈ, ਪਰ ਉਹਨਾਂ ਨੂੰ ਪਤਾ ਨਹੀਂ ਵੀ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ, ਵੀ ਉਹਨਾਂ ਨੂੰ ਕਿਹੜੀ ਚੀਜ਼ਾਂ ਦਾ ਮਤਲਬ ਅਵੇਅਰ ਰਹਿਣਾ ਚਾਹੀਦਾ ਹੈ ਵੀ ਅਸੀਂ ਵੀਜ਼ਾ ਤਾਂ ਲਗਾ ਰਹੇ ਹਾਂ, ਪਰ ਕੀ ਉਹ ਏਜੰਟ ਸਹੀ ਹੈ ਜਾਂ ਫਿਰ ਉਹ ਕੁਛ ਕਹਿ ਰਹੇ ਨੇ, ਉਹਨਾਂ 'ਤੇ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਪਹਿਲਾਂ ਦੱਸ ਕੇ ਹਟਿਆ ਤੁਹਾਨੂੰ ਵੀ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ, ਪ੍ਰੋਪਰ ਆਪਣਾ GIC ਸਰਟੀਫਿਕੇਟ, ਅਗਰ ਤੁਹਾਡੇ ਨਾਲ ਕੋਈ ਪੈਕੇਜ ਵੀ ਕਰਦਾ ਕਿ ਸਰ ਸ਼ੋ ਮੀ ਮਾਈ GIC ਸਰਟੀਫਿਕੇਟ, ਤਾਂ ਕਿ ਸਾਰੀ ਇੱਕ ਚੀਜ਼ ਤੁਸੀਂ ਆਪਣੀ ਜਦੋਂ ਫਾਈਲ ਲੌਜਮੈਂਟ ਕਰਾਉਂਦੇ ਹੋ, ਅੰਬੈਸੀ ਫੀਸ ਤੁਹਾਡੇ ਤੋਂ ਸਾਰੇ ਕੰਸਲਟੈਂਟ ਮੰਗਦੇ ਆ, ਤਾਂ ਇੱਕ ਵਾਰ ਦਫ਼ਤਰ ਜਾਇਆ ਕਰੋ ਕਿ ਸਾਨੂੰ ਸਰ ਦੱਸ ਦਿਓ ਵੀ ਕਿਹੜੇ ਕਿਹੜੇ ਡਾਕੂਮੈਂਟ ਲਾ ਰਹੇ ਹੋ ਤੁਸੀਂ,
ਤਾਂ ਕਿ ਤੁਹਾਨੂੰ ਅੱਗੇ ਫਿਊਚਰ 'ਚ ਪ੍ਰੋਬਲਮ ਨਾ ਆਵੇ। ਫਿਰ ਪਬਲਿਕ ਯੂਨੀਵਰਸਿਟੀ ਜਾਂ ਪਬਲਿਕ ਕਾਲਜ ਲਓ, ਪੀ ਐੱਚ ਡਬਲਿਊ ਪੀ ਇਲੀਜੀਬਿਲਟੀ ਬਣ ਜਾਂਦੀ ਹੈ। ਫਿਰ ਜਿਹੜੇ ਬੱਚਿਆਂ ਨੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਜਾਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਣਾ, ਉਹ ਵੀ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨੇ। ਤਾਂ ਇਹੀ ਹੈ ਕਿ ਜਦੋਂ ਮੈਂ ਤੁਹਾਨੂੰ ਉਹੀ ਲਾਸਟ ਦੇ ਵਿੱਚ ਉਹੀ ਕਹੂੰਗਾ ਕਿ ਵੀ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ, ਤੁਹਾਡੀ ਫਿਊਚਰ ਦਾ ਸਵਾਲ ਹੈ। ਅੱਜ ਦੇ ਟਾਈਮ 'ਚ ਪੰਜਾਬ ਦੇ ਵਿੱਚ ਕਿਸੇ ਕੋਲ 2-3 ਚਾਰ ਚਾਰ ਕਿੱਲਿਆਂ ਵਾਲੇ ਬੱਚੇ ਨੇ, ਕੋਈ ਐਡੀ ਵੱਡੀ ਪੂੰਜੀ ਨਹੀਂ ਹੈਗੀ ਕਿ ਤੁਸੀਂ ਇੱਕ ਵਾਰ ਖਰਾਬ ਕਰ ਲਏ ਫਿਰ ਦੁਬਾਰਾ ਤੁਸੀਂ ਫਿਰ ਇੰਡੀਆ ਆਓ ਅਤੇ ਇੱਥੇ ਆ ਕੇ ਸਟੈਂਡ ਹੋ ਜਾਓਗੇ, ਉਹ ਕੰਮ ਨਹੀਂ। ਤਾਂ ਬਹੁਤ ਵਿਚਾਰਾ ਕੋਈ ਲੋਨ ਲੈ ਕੇ ਜਾ ਰਿਹਾ, ਕੋਈ ਲਿਮਿਟ ਲੈ ਕੇ ਜਾ ਰਿਹਾ, ਤਾਂ ਪ੍ਰੋਪਰ ਇੱਕ ਵਾਰ 3 ਜਾਂ 4 ਬੰਦੇ ਦੀ ਸਲਾਹ ਲੈ ਕੇ ਫਿਰ ਵੀਜ਼ਾ ਅਪਲਾਈ ਕਰੋ। ਅਤੇ ਸਰ ਮੈਂ ਇੱਕ ਲਾਸਟ ਕੁਸ਼ਚਨ ਪੁੱਛਣਾ ਚਾਹੂੰਗੀ ਵੀ ਜਿਨ੍ਹਾਂ ਦੇ ਕੋਲ, ਜਿਨ੍ਹਾਂ ਬੱਚਿਆਂ ਦੇ ਕੋਲ ਪੈਸੇ ਨਹੀਂ ਹੁੰਦੇ, ਪੇਰੈਂਟਸ ਕੋਲ ਪੈਸੇ ਨਹੀਂ ਹੁੰਦੇ, ਹੈ ਨਾ, ਉਹ ਵੀਜ਼ਾ ਕਿਵੇਂ ਅਪਲਾਈ ਕਰਨ, ਉਹਦੇ ਲਈ ਵੀ ਤੁਸੀਂ ਕੁਛ ਕਰਦੇ? ਹਾਂਜੀ ਹਾਂਜੀ ਹਾਂਜੀ, ਮੈਂ ਲਾਸਟ ਮੈਸੇਜ ਇਹੀ ਹੈ ਕਿ ਜਿਹੜੇ ਬੱਚਿਆਂ ਨੇ ਜਿੱਦਾਂ ਮਤਲਬ ਬੱਚਿਆਂ ਕੋਲ ਕਾਬਲੀਅਤ ਹੈਗੀ ਆ, ਪਰ ਉਹਨਾਂ ਨੇ ਬੈਂਡ ਵੀ ਲੈ ਲਿਆ, ਪੜ੍ਹਾਈ ਲਿਖਾਈ ਵੀ ਕਰ ਲਿਆ, ਪਰ ਉਹ ਵਿਚਾਰੇ ਘਰੋਂ ਪੈਸੇ ਨਹੀਂ ਲਾ ਸਕਦੇ, ਤਾਂ ਉੱਦਾਂ ਦੇ ਬੱਚਿਆਂ ਲਈ ਵੀ ਸਾਡੇ ਕੋਲ ਕਾਫੀ ਕੁਛ ਹੈਗਾ, ਆਪਸ਼ਨਸ ਹੈਗੀਆਂ ਨੇ। ਇੱਕ ਵਾਰ ਜਦੋਂ ਤੁਸੀਂ ਵਿਜ਼ਿਟ ਕਰੋਗੇ ਤੁਹਾਨੂੰ ਪ੍ਰੋਪਰ ਗਾਈਡ ਕਰਾਂਗੇ। ਅਤੇ ਪ੍ਰਾਈਮ ਵੀਜ਼ਾ ਐਡਵਾਈਜ਼ਰ ਕੋਲ ਲੋਕ ਕਿਉਂ ਆਉਣ, ਇਹਦਾ ਇੱਕ ਹੀ ਕਾਰਨ ਹੈ ਕਿ ਟਰਾਂਸਪਲੈਂਟ ਸਾਰਾ ਕੁਛ ਐਵਰੀਥਿੰਗ। ਤੁਸੀਂ ਜਦੋਂ ਸਾਡੇ ਕੋਲ ਵੀਜ਼ਾ ਅਪਲਾਈ ਕਰੋਗੇ, ਪਹਿਲਾਂ ਤੁਹਾਨੂੰ ਦੱਸਾਂਗੇ ਆਹ ਕੋਰਸ ਹੈ, ਆਹ ਆਫਰ ਲੈਟਰ ਹੈ, ਆਹ ਤੁਹਾਡਾ ਜੀ ਆਈ ਸੀ ਪੇ ਕਰਤਾ ਸੀ ਪ੍ਰੋਪਰ, ਤੁਹਾਨੂੰ ਇਕੱਲੀ ਇਕੱਲੀ ਚੀਜ਼ ਦੱਸ ਕੇ ਦਿਖਾ ਕੇ ਤੁਸੀਂ 10 ਬੰਦਿਆਂ ਦੀ ਵਿਦ ਪਰੂਫ ਨਾਲ, ਫਿਰ ਤੁਸੀਂ ਸਾਡੇ ਕੋਲ ਵੀਜ਼ਾ ਅਪਲਾਈ ਕਰੋ। ਔਰ ਆਉਣ ਵਾਲੇ ਫਿਊਚਰ ਦੇ ਵਿੱਚ ਜੋਬਸ ਦੀ ਜਿੱਥੇ ਗੱਲ ਆ ਜਾਂਦੀ ਹੈ, ਤਾਂ ਮੈਂ ਸਾਰੇ ਬੱਚਿਆਂ ਨੂੰ ਜਿੰਨੇ ਵੀ ਮੇਰੇ ਕੋਲ ਹੁਣ ਵੀ ਇਨਰੋਲਮੈਂਟ ਆ ਰਹੇ ਨੇ ਕੈਨੇਡਾ ਦੇ ਵੀਜ਼ੇ, ਰੋਜ਼ ਪੇਜ ਦੇ ਉੱਪਰ ਪੈ ਰਹੇ ਨੇ, ਅਤੇ ਜਦੋਂ ਬੱਚਾ ਇਨਰੋਲ ਹੁੰਦਾ ਤਾਂ ਮੈਂ ਜ਼ਰੂਰ ਐਡਵਾਈਸ ਦਿੰਦਾ ਬੱਚਿਆਂ ਨੂੰ ਕਿ ਕੋਈ ਨਾ ਕੋਈ ਸਕਿੱਲਜ ਦੇ ਵਿੱਚ ਆਪਣੀ ਟ੍ਰੇਨਿੰਗ 1-2 ਮਹੀਨੇ ਦੀ ਲੈ ਲਓ, ਤਾਂ ਕਿ ਤੁਹਾਨੂੰ ਉੱਥੇ ਜਾ ਕੇ ਕੰਮ ਈਜ਼ੀਲੀ ਮਿਲ ਸਕੇ, ਖੱਜਲ ਖੁਆਰ ਨਾ ਹੋਣਾ ਪਵੇ। ਜੇ ਕੋਈ ਬੱਚੇ ਕੋਲ ਸਕਿੱਲਜ, ਕੋਈ ਕਾਰਪੇਂਟਰ ਹੈ, ਕੋਈ ਪਲੰਬਰ ਹੈ, ਕੋਈ ਏ ਸੀ ਮਕੈਨਿਕ ਹੈ, ਕੋਈ ਡੀ ਜੀ ਮਕੈਨਿਕ ਦਾ ਕੋਈ ਕੰਮ ਸਿੱਖਿਆ, ਤਾਂ ਅਸੀਂ 100% ਜੋਬ ਵੀ ਲਵਾ ਕੇ ਦੇਵਾਂਗੇ। ਕੁੜੀਆਂ ਲਈ ਵੀ ਹੁੰਦੇ ਆ ਇਹ, ਤਾਂ ਤੁਸੀਂ ਬੋਇਜ਼ ਲਈ ਦੱਸ ਤਾਂ ਕਿ ਹਾਂ ਵੇ ਹੈਗੀਆਂ, ਤੁਸੀਂ ਆਪਣੀ ਹੋਟਲ ਲਾਈਨ ਦਾ ਕੁਛ ਵੀ, ਕੋਈ ਬਿਊਟੀਸ਼ੀਅਨ ਦਾ ਕਰ ਲਓ, ਕੁਛ ਨਾ ਕੁਛ ਜਿਹਦੇ ਕੋਲ ਸਕਿੱਲਜ ਹੈਗਾ, ਉਹਨੂੰ ਜੋਬ ਦੀ ਕਮੀ ਨਹੀਂ ਹੈਗੀ ਕੈਨੇਡਾ 'ਚ, ਮਤਲਬ ਉਹਨੂੰ ਕੋਈ ਵੀ ਕੰਮ ਆਉਂਦਾ ਹੋਵੇ। ਤੁਸੀਂ ਕੈਨੇਡਾ ਜਾਣਾ ਚਾਹੇ ਯੂਕੇ ਜਾਣਾ ਚਾਹੇ ਆਸਟ੍ਰੇਲੀਆ ਜਾਣਾ, ਤੁਹਾਨੂੰ ਕੋਈ ਨਾ ਕੋਈ ਜਦੋਂ ਤੁਸੀਂ ਫਾਈਲ ਲਾਉਂਦੇ ਹੋ ਤੁਹਾਨੂੰ ਸਕਿੱਲਜ ਦਾ ਕੁਛ ਨਾ ਕੁਛ ਪਤਾ ਹੋਣਾ ਜ਼ਰੂਰੀ ਹੈ, ਕਿਉਂਕਿ ਮੋਸਟਲੀ ਆਪਾਂ ਦੇਖਦੇ ਹਾਂ ਵੀ ਡਿਗਰੀ ਤੋਂ ਬਾਅਦ ਉਹ ਕੰਮ ਕੁਝ ਸ਼ੁਰੂ ਕਰਦੇ ਨੇ, ਐਕਸਪੀਰੀਅੰਸ ਲੈਂਦੇ ਨੇ, ਦੈਨ ਉਸ ਤੋਂ ਬਾਅਦ ਬਾਹਰ ਜਾਂਦੇ ਨੇ। ਥੋੜ੍ਹਾ ਜਿਹਾ ਐਕਸਪੀਰੀਅੰਸ ਹੋਊਗਾ ਤਾਂ ਤੁਹਾਨੂੰ ਖੱਜਲ ਖੁਆਰ ਨਹੀਂ ਹੋਣਾ ਪਊਗਾ, ਫੀਸਾਂ ਈਜ਼ੀਲੀ ਕੱਢ ਲਓਗੇ। ਤਾਂ ਲਾਸਟ ਦੇ ਵਿੱਚ ਇਹੀ ਮੈਸੇਜ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੀ ਟੀਮ ਦਾ, ਜਿਨ੍ਹਾਂ ਨੇ ਸਾਡੇ ਲਈ ਟਾਈਮ ਕੱਢਿਆ। ਸਤਿ ਸ਼੍ਰੀ ਅਕਾਲ ਜੀ।